ਗੁਰਤਾ ਗੱਦੀ ਤੇ ਸੁਭਾਏ ਮਾਨ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਰੂਪ ਸਰੂਪ ਬਾਣੀ ਗੁਰੂ ਅਕਾਲ ਮੂਰਤ ਰੂਹਾਨੀਅਤ ਦੇ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸਜੇ ਹੋਏ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਰੇ ਇੱਕ ਵਾਰੀ ਆਪਣੇ ਮਨ ਨੂੰ ਹਾਜ਼ਰ ਕਰਕੇ ਬੁਲੰਦ ਆਵਾਜ਼ ਵਿੱਚ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਸ਼ਬਦ ਪਾਵਨ ਅਸਥਾਨ 'ਤੇ ਜਿੱਥੇ ਆਪ ਜੀ ਨੇ ਅਵਤਾਰ ਧਾਰਨ ਕੀਤਾ ਹੈ, ਪ੍ਰਕਾਸ਼ ਹੋਇਆ, ਸਰਾਏ ਨਾਗਾ ਦੀ ਧਰਤੀ ਨੂੰ ਹਜ਼ੂਰ ਨੇ ਭਾਗ ਲਾਏ ਨੇ, ਸਤਿਗੁਰਾਂ ਦੇ ਪਿਆਰ ਵਿੱਚ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੀਵਾਨ ਸਜੇ ਨੇ, ਦੀਵਾਨ ਚੱਲ ਰਹੇ ਨੇ, ਸੰਗਤਾਂ ਦੂਰ ਨੇੜੇ ਤੋਂ ਆ ਕੇ ਨਤਮਸਤਕ ਹੋ ਕੇ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ, ਗੁਰੂ ਖਾਲਸਾ ਜੀ ਕੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਹਨ। ਜਿੱਥੇ ਜਿੱਥੇ ਆਪ ਜੀ ਨੂੰ ਸਮਾਂ ਮਿਲਦਾ ਹੈ, ਥਾਂ ਮਿਲਦਾ ਹੈ, ਆਪ ਜੀ ਇਕਾਗਰ ਹੋ ਕੇ ਸਾਵਧਾਨ ਹੋ ਕੇ ਖਿਆਲਾਂ ਨੂੰ ਰੋਕ ਕੇ ਮਨ ਨੂੰ ਟਿਕਾ ਕੇ ਬੈਠੋ, ਕਿਉਂਕਿ ਇਹ ਬੜਾ ਇੱਕ ਕੀਮਤੀ ਸਮਾਂ ਹੈ ਜਿਹਦੇ ਵਿੱਚ ਆਪ ਜੀ ਪਹੁੰਚੇ ਹੋ। ਜਿਹੜੀ ਸੰਗਤ ਇੱਧਰ ਉੱਧਰ ਫਿਰ ਰਹੀ ਹੈ, ਉਹਨਾਂ ਨੂੰ ਸ਼ਾਇਦ ਇਸ ਸਮੇਂ ਦਾ ਪਤਾ ਹੀ ਨਹੀਂ ਹੈ ਕਿ ਅਸੀਂ ਕਰਨ ਕੀ ਆਏ ਸੀ ਅਤੇ ਇੱਥੇ ਆ ਕੇ ਕਰ ਕੀ ਰਹੇ ਹਾਂ। ਜਿੰਨੀ ਸੰਗਤ ਨੇ ਮੱਥਾ ਟੇਕਣਾ, ਉਹਨਾਂ ਨੂੰ ਮੱਥਾ ਟੇਕ ਕੇ ਜਲਦੀ ਤੋਂ ਜਲਦੀ ਆਪੋ ਆਪਣੇ ਥਾਂ ਵੱਲ ਭੇਜਣ ਦੀ ਕੋਸ਼ਿਸ਼ ਕੀਤੀ ਜਾਏ, ਤਾਂ ਕਿ ਕਿਉਂਕਿ ਸਿੰਘਾਂ ਦੀ ਜਿਹੜੀ ਆਮਦ ਹੈ ਦੂਜੇ ਪਾਸੇ ਹੈ, ਅਤੇ ਉਹਨਾਂ ਦੇ ਸੁਣਨ ਦੇ ਵਿੱਚ ਇੱਦਾਂ ਜਦੋਂ ਸਟੇਜ ਦੇ ਉੱਤੇ ਕੋਈ ਬੁਲਾਰਾ ਬੋਲਦਾ ਅਤੇ ਸਾਰੀ ਸੰਗਤ ਸਾਹਮਣੇ ਸਿੰਘ ਜਦੋਂ ਨਜ਼ਰ ਆਉਂਦੇ ਨੇ ਅਤੇ ਹੋਰ ਚੜ੍ਹਦੀ ਕਲਾ ਦੇ ਵਿੱਚ ਕਾਰਜ ਕਥਾ ਹੁੰਦੀ ਹੈ। ਸੋ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਇੱਕ ਜਿਹੜੀ ਮਨੁੱਖ ਦੇ ਮਨ ਦੀ ਕਮਜ਼ੋਰੀ ਹੈ ਜਿਹਦੇ ਆਪਾਂ ਸਾਰੇ ਸ਼ਿਕਾਰ ਹੋ ਜਾਂਦੇ ਹਾਂ, ਉਹ ਗੁਰੂ ਅੰਗਦ ਦੇਵ ਜੀ ਦੀ ਬਾਣੀ ਪੜ੍ਹਨ ਦੇ ਨਾਲ ਅਤੇ ਉਹਨਾਂ ਨੂੰ ਯਾਦ ਕਰਨ ਦੇ ਨਾਲ ਉਹ ਕਮਜ਼ੋਰੀ ਅੰਦਰੋਂ ਖਤਮ ਹੋ ਜਾਂਦੀ ਹੈ ਅਤੇ ਆਪਾਂ ਇੱਕ ਉੱਚੇ ਮੁਕਾਮ 'ਤੇ ਪਹੁੰਚ ਜਾਂਦੇ। ਉਹ ਕਮਜ਼ੋਰੀ ਕਿਹੜੀ ਹੈ ਕਿ ਜਦੋਂ ਸਾਨੂੰ ਸਾਰਾ ਕੁਝ ਪਤਾ ਵੀ ਹੁੰਦਾ ਹੈ, ਪੂਰੀ ਤਰ੍ਹਾਂ ਸਾਨੂੰ ਸਮਝ ਵੀ ਆ ਜਾਂਦੀ ਹੈ, ਪਰ ਉਸ ਗਿਆਨ ਨੂੰ ਅਸੀਂ ਅਮਲੀ ਜਾਮਾ ਨਹੀਂ ਪਹਿਨਾ ਸਕਦੇ। ਯਾਨੀ ਕਿ ਜਿਹੜੀ ਗੱਲ ਸਾਨੂੰ ਸਮਝ ਆ ਜਾਂਦੀ ਹੈ ਉਹਨੂੰ ਕਰਨ ਦੀ ਤਾਕਤ ਸਾਡੇ ਵਿੱਚ ਨਹੀਂ ਹੁੰਦੀ, ਇਹਨੂੰ ਕਹਿੰਦੇ ਨੇ ਸਵੈ ਸ਼ਕਤੀ। ਠੀਕ ਹੈ, ਗੁਰੂ ਸਾਹਿਬ ਕਿਰਪਾ ਕਰਦੇ ਅਤੇ ਸਭ ਕੁਝ ਕਰਦੇ ਕਰਵਾਉਂਦੇ ਨੇ, ਪਰ
ਤਾੜੀ ਇੱਕ ਹੱਥ ਨਾਲ ਕਦੀ ਨਹੀਂ ਵੱਜਦੀ। ਗੁਰੂ ਅਤੇ ਸਿੱਖ ਦੋਵਾਂ ਦਾ ਆਪੋ ਆਪਣਾ ਰੋਲ ਹੈ, ਭਾਵੇਂ ਕਿ ਗੁਰੂ ਹੀ ਸਿੱਖ ਦੇ ਅੰਦਰ ਹੱਥ ਰੱਖ ਕੇ ਉਹਦੇ ਵਿੱਚ ਹਿੰਮਤ ਭਰਦਾ ਹੈ। ਇਸ ਲਈ ਜਿਹੜਾ ਪੰਜ ਪਿਆਰਿਆਂ ਦਾ ਕਨਸੈਪਟ ਹੈ, ਉਸ ਧਰਮ ਦੀ ਸੰਪੂਰਨ ਵਿਆਖਿਆ ਹੈ, ਜਿਹਦੇ ਵਿੱਚ ਸਭ ਤੋਂ ਪਹਿਲੇ ਪਿਆਰੇ ਨੇ ਭਾਈ ਦਇਆ ਸਿੰਘ ਜੀ, ਯਾਨੀ ਕਿ ਧਰਮ ਦੀ ਸ਼ੁਰੂਆਤ ਦਇਆ ਤੋਂ ਹੁੰਦੀ ਹੈ। ਦਇਆ ਤੋਂ ਬਿਨਾਂ ਧਰਮ ਨਹੀਂ ਪੈਦਾ ਹੋ ਸਕਦਾ। ਜਿਸ ਮਨੁੱਖ ਦੇ ਮਨ ਦੇ ਵਿੱਚ ਦਇਆ ਨਹੀਂ ਹੈ, ਨਿਮਰਤਾ ਨਹੀਂ ਹੈ, ਧੀਰਜ ਨਹੀਂ ਹੈ, ਸਹਿਜ ਨਹੀਂ ਹੈ, ਟਿਕ ਕੇ ਬਹਿੰਦਾ ਨਹੀਂ, ਸੰਭਾਵਨਾ ਨਹੀਂ ਕੀਤੀ ਜਾ ਸਕਦੀ ਵੀ ਉੱਥੇ ਧਰਮ ਦਾ ਬੂਟਾ ਉੱਗੇਗਾ, ਕਿਉਂਕਿ ਦਇਆ ਧਰਮ ਦਾ ਇੱਕ ਬੀਜ ਹੈ, ਇੱਕ ਧਰਤੀ ਹੈ ਦਇਆ ਜਿਹੜੀ। ਦਇਆ ਸਭ ਤੋਂ ਪਹਿਲਾਂ ਜਿੱਥੇ ਦਇਆ ਹੋਵੇਗੀ, ਨਾਮ ਜਪਣ ਦੇ ਨਾਲ ਦਇਆ ਪੈਦਾ ਹੋਵੇਗੀ। ਦਇਆ ਦਾ ਮਤਲਬ ਇਹ ਹੋਵੇਗਾ ਕਿ ਜੋ ਕੁਝ ਮੇਰੇ ਕੋਲ ਹੈ ਮੈਂ ਸਾਰਿਆਂ ਨੂੰ ਵੰਡਦਿਆਂ। ਪਰਉਪਕਾਰ ਦਾ ਇੱਕ ਦੂਜਾ ਰੂਪ ਹੀ ਦਇਆ ਹੈ। ਅਤੇ ਜਿਹੜੇ ਸਾਧੂ ਨੇ ਉਹ ਆਉਂਦੇ ਹੀ ਜਿਹੜੇ ਰੱਬ ਦੇ ਪਿਆਰੇ ਜਾਂ ਗੁਰੂ ਸਾਹਿਬ ਤਾਂ ਖੁਦ ਪਰਮੇਸ਼ਰ ਵਾਹਿਗੁਰੂ ਨੇ, ਉਹ ਤਾਂ ਮਹਾਰਾਜ ਕਹਿੰਦੇ ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰਉਪਕਾਰੀ ਆਏ। ਜਦੋਂ ਉਹਨਾਂ ਦੇ ਕੋਲ ਨਾਮ ਅੰਦਰ ਰੱਬ ਦਾ ਨਾਮ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਅਤੇ ਉਹਨਾਂ ਦੇ ਵਿੱਚ ਫਿਰ ਦਇਆ ਪੈਦਾ ਹੁੰਦੀ ਹੈ ਵੀ ਇਹ ਜੋ ਮੇਰੇ ਕੋਲ ਹੈ ਇਹ ਜੀ ਦਾਨ ਮੈਂ ਹੋਰਾਂ ਨੂੰ ਵੀ ਵੰਡਾਂ। ਇਹ ਧਾਰਮਿਕ ਪੁਰਸ਼ ਦੀ ਨਿਸ਼ਾਨੀ ਹੈ, ਬ੍ਰਹਮ ਗਿਆਨੀ ਦੀ ਨਿਸ਼ਾਨੀ ਹੈ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹ, ਸਵਾਰਥ ਉੱਥੇ ਘੱਟ ਜਾਏਗਾ। ਇਹ ਧਰਮੀ ਬੰਦੇ ਦੀ ਨਿਸ਼ਾਨੀ ਹੈ ਅਤੇ ਸੰਸਾਰੀ ਦੀ ਨਿਸ਼ਾਨੀ ਹੈ। ਜੋ ਕੁਝ ਆਇਆ ਉਹਨੂੰ ਦੱਬੀ ਤੁਰਿਆ ਜਾਏਗਾ ਅਤੇ ਕਿਸੇ ਨੂੰ ਦੇਣ ਦੀ ਅਤੇ ਦੂਰ ਦੀ ਗੱਲ ਛੱਡੋ, ਕਿਸੇ ਨੂੰ ਵਿਖਾਉਣ ਲਈ ਵੀ ਰਾਜ਼ੀ ਨਹੀਂ ਹੋਵੇਗਾ। ਅਤੇ ਧਰਮ ਜਿਉਂ ਜਿਉਂ ਵਧੇਗਾ, ਹਾਂ ਇਹ ਗੱਲ ਵੱਖਰੀ ਹੈ ਵੀ ਦੇਣ ਲਈ ਕੁਝ ਕੋਲ ਹੋਵੇ, ਜੇ ਆਪਣੇ ਕੋਲ ਹੀ ਪਾਣੀ ਕੋਈ ਨਹੀਂ ਤਾਂ ਦੂਜਿਆਂ ਨੂੰ ਕਿੱਥੋਂ ਪਿਆਵਾਂਗੇ। ਧਰਮ ਅਸੀਂ ਦੂਜਿਆਂ ਨੂੰ ਕਿੱਥੋਂ ਦੇ ਸਕਦੇ ਹਾਂ ਜਦੋਂ ਸਾਡੇ ਕੋਲ ਹੀ ਧਰਮ ਨਹੀਂ ਹੈ। ਅਤੇ ਧਰਮ ਦਇਆ ਵਿੱਚੋਂ ਪੈਦਾ ਹੁੰਦਾ ਅਤੇ ਦਇਆ ਨਹੀਂ ਆਈ ਅਜੇ। ਦਇਆ ਸ਼ੁਰੂਆਤ ਅਤੇ ਦਇਆ ਆਰੰਭਤਾ ਹੈ, ਇਸ ਕਰਕੇ ਸੇਵਾ ਦਾ ਪ੍ਰਾਰੰਭ ਹੋਇਆ, ਸੇਵਾ ਦੀ ਸ਼ੁਰੂਆਤ ਹੋਈ, ਕਿਉਂਕਿ ਸੇਵਾ ਦਾ ਸੰਬੰਧ ਦਇਆ ਦੇ ਨਾਲ ਹੈ।